ਇਹ ਨੇ ਮਨਰਾਜ ਸਿੰਘ। ਉਮਰ 44 ਸਾਲ ਹੈ ਤੇ ਜਨੂਨ ਖੇਡਾਂ ਨੂੰ ਲੈ ਕੇ ਹੈ। ਵੈਸੇ ਮਨਰਾਜ ਪਾਵਰ ਲਿਫਟਰ ਨੇ, ਪਰ ਵਿੱਤੀ ਹਾਲਾਤ ਇੰਨੇ ਮਾੜੇ ਨੇ ਕਿ ਰੋਜ਼ੀ ਰੋਟੀ ਲਈ ਸਾਈਕਲਾਂ ਨੂੰ ਪੈਂਚਰ ਲਗਾ ਰਹੇ ਨੇ। ਆਪਣੇ ਪਿਤਾ ਨਾਲ ਮਿਲ ਕੇ ਸਾਈਕਲਾਂ ਦੀ ਦੁਕਾਨ ਚਲਾਉਂਦੇ ਮਨਰਾਜ ਦੀ ਇੱਕ ਲੱਤ ਵਿੱਚ ਦਿੱਕਤ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਨੇੜੇ ਕੁਹਾੜਾ ਦੇ ਰਹਿਣ ਵਾਲੇ ਮਨਰਾਜ ਦੇ ਵਿੱਤੀ ਹਾਲਾਤ ਭਾਵੇਂ ਮਾੜੇ ਨੇ, ਪਰ ਪਾਵਰ ਲਿਫਟਿੰਗ ਪ੍ਰਤੀ ਸ਼ਿੱਦਤ ਅਜਿਹੀ ਹੈ ਕਿ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਈ ਮੈਡਲ ਜਿੱਤ ਚੁੱਕੇ ਨੇ। ਅਤੇ 2013 ਤੋਂ ਲੈ ਕੇ ਹੁਣ ਤੱਕ ਅਲੱਗ ਅਲੱਗ ਸੂਬਿਆਂ 'ਚੋਂ, ਸ਼ਹਿਰਾਂ 'ਚੋਂ, ਬਹੁਤ ਦੂਰੋਂ ਦੂਰੋਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਮੈਡਲ ਮੈਂ ਆਪਣੇ ਦੇਸ਼ ਲਈ ਲੈ ਕੇ ਆਇਆ। ਮੇਰੀ ਉਮਰ ਹੋ ਗਈ ਜੀ ਇਸ ਟਾਈਮ 44 ਸਾਲ ਦੀ। 80 ਦੇ ਵਿੱਚ ਮੇਰਾ ਜਨਮ ਹੋਇਆ ਸੀ। 85 ਦੇ ਵਿੱਚ ਅਚਾਨਕ ਤੂਫਾਨ ਦੇ ਨਾਲ, ਹਨੇਰੀ ਦੇ ਨਾਲ, ਮੇਰੇ ਹਵਾ 'ਚ ਆਉਣ ਕਰਕੇ ਕੁਛ ਮੈਂ ਦੀਵਾਰ 'ਚ ਲੱਗਿਆ ਜਾਂ ਡਿੱਗ ਗਿਆ, ਮੇਰੇ ਸੱਟ ਲੱਗ ਗਈ ਸੀ ਲੱਕ 'ਤੇ, ਅਤੇ ਉਸ ਟਾਈਮ ਫਿਰ ਮੇਰੀਆਂ ਲੱਤਾਂ ਕੰਮ ਛੱਡ ਗਈਆਂ ਸੀਗੀਆਂ। 5 ਤੱਕ ਪੜ੍ਹਿਆ, 5 ਤੋਂ ਬਾਅਦ ਸਕੂਲ ਹੈ ਨਹੀਂ ਸੀ ਨੇੜੇ ਤੇੜੇ ਕੋਈ, ਦੂਰ ਮੈਂ ਜਾ ਨਹੀਂ ਸਕਦਾ ਸੀ ਕਿ ਉਹ ਲੱਤਾਂ 'ਚ ਪ੍ਰੋਬਲਮ ਜ਼ਿਆਦਾ ਸੀ। ਅਤੇ ਉਸ ਤੋਂ ਬਾਅਦ ਫਿਰ ਮੈਂ ਸਾਈਕਲਾਂ ਦਾ ਕੰਮ ਕਰਨਾ ਸ਼ੁਰੂ ਕਰਤਾ, ਪਾਪਾ ਕਰਦੇ ਹੁੰਦੇ ਸੀ ਘਰੇ ਮਾੜਾ ਮੋਟਾ ਪੈਂਚਰਾਂ ਦਾ। ਮੇਰੇ ਮੰਮੀ ਹੋਕੀ ਦੇ ਕੈਪਟਨ ਸੀਗੇ, ਉਹਨਾਂ ਦੇ ਸਰਟੀਫਿਕੇਟ ਵਗੈਰਾ ਦੇਖਦੇ ਹੁੰਦੇ ਸੀ। ਮੈਂ ਸੋਚਦਾ ਹੁੰਦਾ ਵੀ ਮੈਂ ਵੀ ਇੱਦਾਂ ਦੇ ਸਰਟੀਫਿਕੇਟ ਲਿਆਊਂਗਾ ਅਤੇ ਮੇਰੀ ਵੀ ਖਬਰ ਲੱਗਿਆ ਕਰੂਗੀ ਅਖਬਾਰ 'ਚ। ਬਸ ਇਹ ਸ਼ੌਂਕ ਵੱਧਦਾ ਵੱਧਦਾ ਇੱਥੇ ਤੱਕ ਪਹੁੰਚ ਗਿਆ ਕਿ ਮੈਂ ਕੋਈ ਵੀ ਜਗ੍ਹਾ ਨਹੀਂ ਛੱਡੀ, ਹਰ ਜਗ੍ਹਾ ਖੇਡਦਾ ਰਿਹਾ ਹੁਣ ਤੱਕ, ਅਤੇ ਬਾਹਰਲੇ ਦੇਸ਼ਾਂ 'ਚੋਂ ਵੀ ਗੋਲਡ ਲੈ ਕੇ ਆਇਆਂ, ਅਤੇ ਹੁਣ USA ਲਈ ਮੈਂ ਸਿਲੈਕਟ ਹੋਇਆ। ਇਕੱਲੇ ਮਨਰਾਜ ਹੀ ਨਹੀਂ, ਉਹਨਾਂ ਦੀ 12 ਸਾਲ ਦੀ ਧੀ ਜਸਮੀਨ ਵੀ ਪਾਵਰ ਲਿਫਟਿੰਗ ਕਰਦੇ ਨੇ ਅਤੇ ਇਸੇ ਸਦਕਾ ਕਈ ਸਨਮਾਨ ਹਾਸਲ ਕਰ ਚੁੱਕੇ ਨੇ। ਇਹ ਦੋਵੇਂ ਪਿਓ ਅਤੇ ਧੀ ਅਮਰੀਕਾ ਵਿੱਚ ਹੋਣ ਵਾਲੇ ਇੱਕ ਇੰਟਰਨੈਸ਼ਨਲ ਮੁਕਾਬਲੇ ਲਈ ਚੁਣੇ ਗਏ ਨੇ, ਪਰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅੜਿੱਕਾ ਬਣ ਰਿਹਾ ਹੈ ਪੈਸਾ। ਅਮਰੀਕਾ ਜਾਣ ਲਈ ਇਹਨਾਂ ਨੂੰ 3 ਲੱਖ ਰੁਪਏ ਦੀ ਲੋੜ ਹੈ। 16 ਜੁਲਾਈ ਨੂੰ ਆਪਣੇ ਕਰਨਾਲ ਦੇ ਵਿੱਚ ਇੰਟਰਨੈਸ਼ਨਲ ਕੰਪੀਟੀਸ਼ਨ ਹੋਇਆ ਸੀਗਾ, ਉਹਦੇ ਵਿੱਚ USA, ਕੈਨੇਡਾ, ਦੁਬਈ, ਕਾਫੀ ਦੇਸ਼ਾਂ ਤੋਂ ਮਤਲਬ ਬੱਚੇ ਆਏ ਸੀ, ਉਹਨਾਂ ਨੇ ਭਾਗ ਲਿਆ ਅਤੇ ਉੱਥੇ ਮੈਂ ਵੀ ਭਾਗ ਲਿਆ ਸੀਗਾ, ਅਤੇ ਉੱਥੇ ਮੇਰਾ ਮਾਸਟਰ ਕੈਟਾਗਰੀ ਦੇ ਵਿੱਚ ਗੋਲਡ ਪਿਆ, ਅਤੇ ਉੱਥੋਂ ਗੋਲਡ ਤੋਂ ਬਾਅਦ ਫਿਰ ਮੈਂ ਸਿਲੈਕਟ ਹੋਇਆ USA ਲਈ। ਸਾਰੇ ਕਹਿੰਦੇ ਵੀ ਚੱਲ ਅਮਰੀਕਾ ਜਾਣਾ, ਅਮਰੀਕਾ ਜਾਣਾ, ਪਰ ਅਮਰੀਕਾ ਸਿਲੈਕਟ ਜ਼ਰੂਰ ਹੋਏ ਹਾਂ ਮੈਂ ਵੀ ਅਤੇ ਗੁੜੀਆ ਵੀ, ਅਤੇ ਪਰ ਪੈਸੇ ਦੁੱਖੋਂ ਹਜੇ ਫਿਲਹਾਲ ਨਹੀਂ ਜਾ ਸਕਦੇ, ਅਤੇ ਅਸੀਂ 3 ਲੱਖ ਰੁਪਏ ਤਾਂ ਨਹੀਂ ਕਰ ਸਕਦੇ, ਲੇਕਿਨ ਅਸੀਂ ਅਰਜ਼ ਕਰੀ ਆ ਸਰਕਾਰ ਮੂਹਰੇ ਅਤੇ MLA ਸਾਹਿਬ ਨੂੰ ਕਰੀ ਆ, ਅਤੇ ਉਹ ਕਹਿੰਦੇ ਸੀ ਵੀ ਕੋਈ ਗੱਲ ਨਹੀਂ, ਤੁਸੀਂ ਸਾਨੂੰ ਐਪਲੀਕੇਸ਼ਨ ਲਿਖ ਕੇ ਦਿਓ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ, ਬਾਕੀ ਸਾਨੂੰ ਪੂਰੀ ਉਮੀਦ ਆ ਵੀ ਉਹ ਸਾਡੀ ਹੈਲਪ ਜ਼ਰੂਰ ਕਰਨਗੇ। ਮਨਰਾਜ ਅਤੇ ਉਹਨਾਂ ਦੀ ਧੀ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਮਦਦ ਤੋਂ ਬਿਨਾਂ ਹੀ ਘਰ ਵਿੱਚ ਟ੍ਰੇਨਿੰਗ ਕਰਦੇ ਨੇ। ਉਹਨਾਂ ਨੂੰ ਦੇਖ ਕੇ ਇੱਦਾਂ ਸ਼ੌਕ ਜਿਹਾ ਪੈ ਗਿਆ ਵੀ ਹਾਂ ਪਾਪਾ ਕਰਦੇ, ਚਲੋ ਮੈਂ ਵੀ ਕਰੂੰਗੀ, ਅਤੇ ਇੱਕ ਦਿਨ ਮੈਂ ਇੱਦਾਂ ਹੀ ਪਾਪਾ ਨੂੰ ਕਹਿਣ ਲੱਗ ਗਈ ਵੀ ਹਾਂ ਮੈਂ ਵੀ ਲਾਉਣਾ ਵੇਟ ਚੱਕਣਾ ਆ, ਅਤੇ ਕਹਿੰਦੇ ਵੀ ਨਹੀਂ ਵੀ ਤੇਰੇ ਤੋਂ ਨਹੀਂ ਹੋਣਾ ਹੈਗਾ, ਤੂੰ ਛੋਟੀ ਹਾਂ, ਅਤੇ ਮੈਂ ਜਿੱਦ ਕਰਨ ਲੱਗੀ, ਮੈਂ ਕਿਹਾ ਨਹੀਂ ਮੈਂ ਲਾਊਂਗੀ, ਅਤੇ ਬਸ ਉੱਦਣ ਤੋਂ ਹੀ ਪਹਿਲੇ ਦਿਨ ਮੈਂ 45 ਕਿਲੋ ਵਜ਼ਨ ਚੱਕਿਆ ਸੀ, ਬਸ ਫਿਰ ਉਹ ਤੋਂ ਬਾਅਦ ਸਟਾਰਟ ਹੋ ਗਿਆ। ਪਾਪਾ ਤਾਂ ਪੈਂਚਰਾਂ ਦੇ ਕੰਮ ਕਰਦੇ ਆ, ਕੁਹਾੜੇ ਦੁਕਾਨ ਆ, ਬਸ ਘਰ ਦਾ ਗੁਜ਼ਾਰਾ ਚੱਲਦਾ ਉਹ 'ਚ ਤਾਂ, ਅਤੇ ਅਸੀਂ ਜਾਣਾ ਚਾਹੁੰਦੇ ਹਾਂ, ਮਤਲਬ ਸਰਕਾਰ ਕੋਈ ਵੀ ਹੈਲਪ ਵਗੈਰਾ ਕਰੇ ਸਾਡੀ। ਕੋਈ ਸਰਕਾਰੀ ਕੋਈ ਸਹੂਲਤ ਨਹੀਂ ਗੀ ਮਿਲੀ ਹਜੇ ਤੱਕ, ਕੋਈ ਮਦਦ ਨਹੀਂ ਹੋਈ। ਜਿੱਦਾਂ 2017 'ਚ ਮੈਂ ਵਰਲਡ ਵੀ ਖੇਲਿਆ ਸੀ, ਸੁਣਨ 'ਚ ਆਇਆ ਸੀ ਵੀ ਵਰਲਡ ਜਿਹੜਾ ਬੱਚਾ ਖੇਲਦਾ ਉਹਨੂੰ 5 ਲੱਖ ਰੁਪਈਆ ਉਸ ਟਾਈਮ 2017 ਦੇ ਵਿੱਚ ਵੀ ਮਤਲਬ ਮਿਲਦਾ ਸੀ, ਪਰ ਹਜੇ ਤੱਕ ਸਾਨੂੰ ਕੁਛ ਨਹੀਂ ਮਿਲਿਆ। ਉਧਰ ਸਰਕਾਰ ਮੁਤਾਬਕ ਜਿਹੜੀਆਂ ਖੇਡਾਂ ਓਲੰਪਿਕ, ਕਾਮਨਵੈਲਥ ਜਾਂ ਫਿਰ ਏਸ਼ੀਅਨ ਗੇਮਸ ਦੇ ਵਿੱਚ ਖੇਡੀਆਂ ਜਾਂਦੀਆਂ ਨੇ ਸਿਰਫ ਉਹੀ ਮਾਨਤਾ ਪ੍ਰਾਪਤ ਹੋਣਗੀਆਂ ਅਤੇ ਪਾਲਿਸੀ ਤਹਿਤ ਹੀ ਕੰਮ ਹੋਵੇਗਾ। ਤਾਂ ਸਾਡੇ ਕੋਲ 35 ਜਿਹੜੀਆਂ ਖੇਡਾਂ ਨੇ ਜਿਹੜੀਆਂ ਰਜਿਸਟਰਡ, ਇਹਨਾਂ ਦੀ ਗ੍ਰੈਡੇਸ਼ਨ ਹੁੰਦੀ ਆ ਉਹਨਾਂ ਦੀ ਹੋਊਗੀ, ਅਤੇ ਇਸ ਤੋਂ ਇਲਾਵਾ ਕੋਈ ਵੀ ਖੇਡ ਜਿਹੜੀ ਓਲੰਪਿਕ ਵਿੱਚ ਖੇਡੀ ਜਾਂਦੀ ਹੈ, ਕਾਮਨਵੈਲਥ ਵਿੱਚ ਖੇਡੀ ਜਾਂਦੀ ਹੈ ਅਤੇ ਏਸ਼ੀਅਨ ਗੇਮਸ ਵਿੱਚ ਖੇਡੀ ਜਾਂਦੀ ਹੈ, ਉਹਨਾਂ ਦੀ ਜਿਹੜੀ ਗ੍ਰੈਡੇਸ਼ਨ ਹੈ ਉਹ ਵੀ ਜਿਹੜਾ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਕਰੂਗਾ। ਹੁਣ ਬਹੁਤੀਆਂ ਖੇਡਾਂ ਇੱਦਾਂ ਦੀਆਂ ਜਿਹੜੇ ਖੇਡਦੇ ਰਹੇ ਜਾਂ ਜਿਨ੍ਹਾਂ ਦੇ ਬੱਚੇ ਖੇਡਦੇ ਉਹਨਾਂ ਨੂੰ ਪਤਾ, ਜਿਹੜੀਆਂ ਨਾ ਏਸ਼ੀਅਨ ਗੇਮਸ ਦੇ ਵਿੱਚ ਹੈ, ਨਾ ਕਾਮਨਵੈਲਥ 'ਚ ਹੈ, ਨਾ ਨੈਸ਼ਨਲ ਗੇਮ 'ਚ, ਉਹਨਾਂ ਦਾ ਕੋਈ ਫਿਊਚਰ ਹੀ ਨਹੀਂ, ਅਤੇ ਨਾ ਹੀ ਉਹਨਾਂ ਜਿਹੜੀਆਂ ਐਸੋਸੀਏਸ਼ਨ ਨੇ ਓਲੰਪਿਕ ਐਸੋਸੀਏਸ਼ਨ ਹੈ ਕਿਸੇ ਵੱਲੋਂ ਸਰਟੀਫਾਈਡ ਨੇ। ਹੁਣ ਸਾਡੇ ਕੋਲ ਜਦੋਂ ਉਹ ਪਾਲਿਸੀ ਦਾ ਹਿੱਸਾ ਨਹੀਂ, ਮੈਂ ਵਿਦਆਊਟ ਪਾਲਿਸੀ ਕਿੱਦਾਂ ਕਿਸੇ ਨੂੰ ਕੈਸ਼ ਬਾਰ ਦੇਣਾ। ਹਾਲਾਂਕਿ ਮਨਰਾਜ ਦਾ ਸੁਪਨਾ ਹੈ ਕਿ ਜੇ ਉਹਨਾਂ ਨੂੰ ਮਦਦ ਮਿਲ ਗਈ ਤਾਂ ਉਹ ਹੋਰ ਬੱਚਿਆਂ ਨੂੰ ਕੋਚਿੰਗ ਦੇਣ ਲਈ ਵੀ ਤਿਆਰ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਬਚ ਸਕਣ।